ਮੈਨੂੰ ਨਹੀਂ ਲੱਗਦਾ ਕਿ ਅੱਜ ਦੇਬਾ ਕੰਮ 'ਤੇ ਜਾਊ। ਨਹੀਂ ਤਾਂ ਹੁਣ ਤੱਕ ਉਹ ਸਾਈਕਲ ਲੈ ਕੇ ਨਿਕਲ ਵੀ ਜਾਂਦਾ। 12 ਟਹਿਣੀ ਵਿੱਚ ਇੱਕ ਵੀ ਡਿਟੀ ਮਰਦੀ ਹੋਵੇ ਤਾਂ ਸੋਚ ਸਮਝ ਕੇ ਚੱਲਣਾ ਪੈਂਦਾ। ਤੂੰ ਬਸ ਧਿਆਨ ਰੱਖ। ਪਾਲੀ ਰੋਟੀ ਲਿਆ। ਆਈ ਵੀਰੇ। ਲੇਟ ਹੋ ਰਿਹਾ। ਆ ਲੈ ਵੀਰੇ, ਮੈਂ ਚਾਚੇ ਭੋਲੇ ਦੀ ਰੋਟੀ ਵੀ ਇਹਦੇ 'ਚ ਹੀ ਪਾਤੀ। ਚੰਗਾ ਕੀਤਾ। ਕੀ ਗੱਲ ਵੀਰੇ, ਅੱਜ ਚਿਹਰੇ 'ਤੇ ਉਦਾਸ ਸੀ ਕਿਉਂ? ਮੇਰੇ ਵੀਰ ਦੇ ਚਿਹਰੇ ਦੀ ਖੁਸ਼ੀ ਕਿੱਥੇ ਗਈ? ਪਾਲੀ, ਜਿਸ ਵੀਰ ਦੀ ਭੈਣ ਘਰ 'ਚ ਮੁਟਿਆਰ ਹੋਵੇ ਉਸ ਭਰਾ ਦੇ ਚਿਹਰੇ 'ਤੇ ਉਦਾਸੀ ਤਾਂ ਆਪਣੇ ਆਪ ਹੀ ਆ ਜਾਂਦੀ ਹੈ। ਜਦੋਂ ਮੈਂ ਇਸ ਦੁਨੀਆ ਬਾਰੇ ਸੋਚਦਾ, ਪਾਲੀ ਤੇਰੇ ਭਰਾ ਦੀ ਇੱਜ਼ਤ ਤੇਰੇ ਹੱਥ 'ਚ ਹੈ, ਦੁਨੀਆ ਦਾ ਮੂੰਹ ਨਹੀਂ ਫੜ ਲੈਣਾ। ਪਤਾ ਨਹੀਂ ਕਿਸ ਦੇ ਮੂੰਹ 'ਚ ਕੀ ਗੱਲ ਨਿਕਲ ਜਾਵੇ, ਪਤਾ ਨਹੀਂ। ਮੈਂ ਕੱਲ੍ਹ ਪਿੰਡ 'ਚ ਉੜਦੀ ਗੱਲ ਸੁਣੀ ਹੈ, ਜਿਸ 'ਚ ਤੇਰੇ ਨਾਂ ਦਾ ਜ਼ਿਕਰ ਆਉਂਦਾ ਸੀ। ਮੈਂ ਰੱਬ ਅੱਗੇ ਅਰਦਾਸ ਕਰਦਾ ਇਹ ਗੱਲ ਝੂਠ ਨਿਕਲੇ। ਪਾਲੀ, ਬੇਬੇ ਬਾਪੂ ਦੇ ਜਾਣ ਤੋਂ ਬਾਅਦ ਤੈਨੂੰ ਮੈਂ ਪੁੱਤਾਂ ਵਾਂਗ ਪਾਲਿਆ, ਕਦੇ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇਸੇ ਕਰਕੇ ਮੈਂ ਵਿਆਹ ਨਹੀਂ ਕਰਾਇਆ, ਤਾਂ ਕਿ ਮੇਰਾ ਪਿਆਰ ਵੰਡਿਆ ਨਾ ਜਾ ਸਕੇ। ਦੇਖੀ ਮੇਰੇ ਪਿਆਰ 'ਚ ਕਿਤੇ ਕਮੀ ਤਾਂ ਨਹੀਂ ਰਹਿ ਗਈ। ਜਿਨ੍ਹਾਂ ਦੀਆਂ ਭੈਣਾਂ ਘਰੋਂ ਭੱਜ ਜਾਂਦੀਆਂ ਨੇ ਉਹਨਾਂ ਦੇ ਭਰਾ ਤਾਂ ਜਿਉਂਦੇ ਜੀ ਮਰ ਜਾਂਦੇ ਨੇ। ਚੱਲ ਭੈਣੇ, ਆਪਣਾ ਧਿਆਨ ਰੱਖੀ, ਮੈਂ ਚੱਲਦਾ। ਉਹ ਕੋਈ ਕੰਮ ਤਾਂ ਦਾਵੀ ਕਰਦਾ ਕਰੋ ਵਿਹਲੜੋ। ਉਹ ਜਦੋਂ ਵੇਖੋ ਤੁਹਾਨੂੰ ਬਾਰਾਂ ਟਣੀ ਤਾਂ ਲੱਗੀ ਰਹਿੰਦੀ ਆ। ਇਹਨੂੰ ਬੜੀ ਅੱਗ ਲੱਗੀ ਆ। ਲੈ ਬਈ, ਦੇਬਾ ਵੀ ਗਿਆ, ਤੇਰਾ ਹੋ ਗਿਆ ਰਾਹ ਸਾਫ, ਲੈ ਨਜ਼ਾਰੇ। ਦੇਬੇ ਨੂੰ ਨਜ਼ਰਾਂ ਤੋਂ ਦੂਰ ਹੋ ਜਾਣ ਦੇ, ਫਿਰ ਜਾਣਾ। ਜੇ ਕੱਪੜੇ ਜ਼ਿਆਦਾ ਨੇ ਤਾਂ ਮੈਂ ਧਵਾਵਾਂ। ਤੈਨੂੰ ਪਤਾ ਸੀ ਨਾ ਪਾਲੀ ਕਿ ਅੱਜ ਆਪਾਂ ਪਿੰਡੋਂ ਭੱਜਣਾ, ਤੂੰ ਫਿਰ ਵੀ ਕੱਪੜੇ ਧੋ ਜਾਂਦੀ ਆ। ਓਏ ਆਖਰ ਕੁਛ ਤਾਂ ਬੋਲ, ਆਖਰ ਹੋਇਆ ਕੀ? ਤੈਨੂੰ ਕਿਸੇ ਚੀਜ਼ ਦੀ ਕਮੀ ਆਉਣ ਦਿੱਤੀ ਆ? ਮੈਂ ਵਧੀਆ ਤੋਂ ਵਧੀਆ ਸੋਹਣੀਆਂ ਤੇ ਸੋਹਣੀਆਂ ਪਿਆਰ ਦੀਆਂ ਨਿਸ਼ਾਨੀਆਂ ਲਿਆ ਕੇ ਦਿੱਤੀਆਂ, ਕਦੇ ਚੂੜੀਆਂ, ਕਦੇ ਗਾਨੀ, ਕਦੇ ਮੁੰਦੀ, ਕਦੇ ਕੁਛ ਤਾਂ ਕਦੇ ਕੁਛ। ਪਾਲੀ। ਹਾਂਜੀ ਵੀਰ ਜੀ। ਧੀਆਂ ਭੈਣਾਂ ਉਹ ਹੁੰਦੀਆਂ ਨੇ ਜਿਹੜੀਆਂ ਪਿਓ ਦੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀਆਂ।
ਧੀਆਂ ਪੈਣਾ ਉਹ ਨਹੀਂ ਹੁੰਦੀਆਂ ਜਿਹੜੀਆਂ ਆਸ਼ਕ ਦੇ ਪੱਗ ਦੇ ਨਾਲ ਦੀਆਂ ਚੁੰਨੀਆਂ ਰੰਗਾਉਂਦੀਆਂ ਨੇ। ਜਿਹੜੀਆਂ ਕੁੜੀਆਂ ਘਰ ਦੀ ਦਹਿਲੀਜ਼ ਪਾਰ ਕਰਨ ਤੋਂ ਪਹਿਲਾਂ ਇਹ ਨਹੀਂ ਸੋਚਦੀਆਂ ਕਿ ਬਾਅਦ 'ਚ ਉਹਨਾਂ ਦੇ ਘਰਦਿਆਂ ਦਾ ਕੀ ਹੋਵੇਗਾ, ਉਹ ਤਾਂ ਆਪਣੇ ਘਰਦਿਆਂ ਨੂੰ ਜਿਉਂਦੇ ਜੀ ਮਾਰ ਜਾਂਦੀਆਂ ਨੇ। ਤੂੰ ਛੇਤੀ ਕਰ ਪਾਲੀ, ਜੋ ਕੁਛ ਲੈਣਾ ਛੇਤੀ ਲੈ ਅਤੇ ਆਪਾਂ ਇੱਥੋਂ ਨਿਕਲਦੀ ਕਰੀਏ। ਜਿਹੜੀਆਂ ਕੁੜੀਆਂ ਘਰ ਦੀ ਦਹਿਲੀਜ਼ ਪਾਰ ਕਰਨ ਤੋਂ ਪਹਿਲਾਂ ਇਹ ਨਹੀਂ ਸੋਚਦੀਆਂ ਕਿ ਬਾਅਦ 'ਚ ਉਹਨਾਂ ਦੇ ਘਰਦਿਆਂ ਦਾ ਕੀ ਹੋਵੇਗਾ, ਉਹ ਤਾਂ ਆਪਣੇ ਘਰਦਿਆਂ ਨੂੰ ਜਿਉਂਦੇ ਜੀ ਮਾਰ ਜਾਂਦੀਆਂ ਨੇ। ਕੀ ਹੋਇਆ ਪਾਲੀ, ਤੂੰ ਰੁਕ ਕਿਉਂ ਗਈ? ਦੇਖ ਲਾਡੀ, ਇਸ ਘਰ ਦੀ ਦਹਿਲੀਜ ਪਾਰ ਕਰਨ ਤੋਂ ਬਾਅਦ ਨਾ ਤਾਂ ਮੇਰੀ ਜਗ੍ਹਾ ਇਸ ਘਰ 'ਚ ਰਹਿਣੀ ਆ ਅਤੇ ਨਾ ਹੀ ਉਸ ਘਰ ਬਣਨੀ ਆ ਅਤੇ ਨਾ ਹੀ ਸਮਾਜ ਨੇ ਮੈਨੂੰ ਚੰਗੀਆਂ ਨਜ਼ਰਾਂ ਨਾਲ ਦੇਖਣਾ। ਆਲੇ ਫੜ ਆਪਣੀਆਂ ਨਿਸ਼ਾਨੀਆਂ ਅਤੇ ਅੱਜ ਤੋਂ ਬਾਅਦ ਇਸ ਘਰ 'ਚ ਨਾ ਆਈ। ਮੇਰੀ ਮਾਂ, ਮੇਰਾ ਪਿਓ, ਮੇਰਾ ਰੱਬ ਵਰਗਾ ਭਰਾ ਆਏ ਅਤੇ ਮੈਂ ਆਪਣੇ ਭਰਾ ਨੂੰ ਜਿਉਂਦੇ ਜੀ ਨਹੀਂ ਮਾਰ ਸਕਦੀ। ਤੂੰ ਬਸ ਚਲਾ ਜਾ ਇੱਥੋਂ। ਕੀ ਗੱਲ ਲਾਡੀ, ਪੱਗ ਨੂੰ ਲੈ ਕੇ ਆ ਨਾਲ। ਉਹ ਕੀ ਗੱਲ, ਮਨਾ ਤਾਂ ਨਹੀਂ ਕਰ ਗਈ? ਇੱਜ਼ਤਦਾਰ ਘਰ ਦੀਆਂ ਕੁੜੀਆਂ ਕਦੇ ਆਪਣੇ ਘਰ ਦੀ ਦਹਿਲੀਜ਼ ਪਾਰ ਨਹੀਂ ਕਰਦੀਆਂ। ਉਹ ਤੇਰੇ 'ਚ ਹਿੰਮਤੀ ਹੈ ਨਹੀਂ ਯਾਰ, ਮੈਨੂੰ ਦੇ ਮੌਕਾ, ਮੈਂ ਕੱਢ ਕੇ ਦਿਖਾਉਂਦਾ। ਜੇ ਪਾਲੀ ਦੀ ਜਗ੍ਹਾ ਤੇਰੀ ਭੈਣ ਹੁੰਦੀ ਤੂੰ ਬਰਦਾਸ਼ਤ ਕਰਦਾ? ਸ਼ੁਕਰ ਹੈ ਸੱਚੇ ਪਾਤਸ਼ਾਹ ਤੇਰਾ, ਅੱਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਣ ਲੱਗੀ ਸੀ। ਜਵਾਨੀ ਵਿੱਚ ਦਿੱਤਾ